ਜੋ ਜਾਣਕਾਰੀ ਹੋਵੇਗੀ ਬਿ ਲਗਾਤਾਰ ਜਿਹੜੇ ਵੈਬ ਚੈਨਲਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਤਾਂ ਹੁਣ ਤੁਹਾਨੂੰ ਇੱਕ ਖਬਰ ਦੱਸਣ ਜਾ ਰਿਹਾ ਵੀ 78 ਜਿਹੜੇ ਨੇ YouTube ਚੈਨਲਸ ਨੇ ਉਹ ਬੰਦ ਕਰ ਦਿੱਤੇ ਗਿਆ ਕਿਉਂ ਬੰਦ ਕਰ ਦਿੱਤੇ ਗਿਆ ਸਰਕਾਰ ਨੇ ਜਿਹੜੇ ਬੰਦ ਕਰ ਦਿੱਤੇ ਹੈ ਚੈਨਲ ਤਾਂ ਹੁਣ ਕਾਰਵਾਈ ਜਿਹੜੀ ਇਸ ਕਰਕੇ ਕੀਤੀ ਗਈ ਆ ਵੀ ਇਹ ਇੱਕ ਗੱਲਾਂ ਕਹੀਆਂ ਗਿਆ ਵੀ ਇਹ ਗਾਈਡਲਾਈਨਸ ਦੇ ਅਗੇਂਸਟ ਚੱਲ ਰਹੇ ਸਨ ਇਸ ਕਰਕੇ 78 YouTube ਚੈਨਲ ਜਿਹੜੇ ਨੇ ਬੰਦ ਕਰ ਦਿੱਤੇ ਗਿਆ ਪਰ ਇਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਸਾਲ ਦੀ ਸ਼ੁਰੂਆਤ ਹੁੰਦੀ ਆ ਜਦੋਂ 2022 ਦੀ ਸ਼ੁਰੂਆਤ ਹੁੰਦੀ ਆ ਉਸ ਵੇਲੇ ਹੀ 16 YouTube ਚੈਨਲਸ ਬੰਦ ਕਰ ਦਿੱਤੇ ਜਾਂਦੇ ਆ ਅਤੇ ਇਹਨਾਂ ਦੇ 78 ਦੀ ਜੇ ਗੱਲ ਕਰਦੇ ਹਾਂ ਤਾਂ ਇਹਨਾਂ ਦੀ ਜਿਹੜੀ ਵਿਊਅਰਸ਼ਿਪ ਦੀ ਗੱਲ ਕਰੀਏ ਵਿਊਅਰਸ਼ਿਪ ਜੜੀਆ ਉਸ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਆ ਵੀ ਇਹਨਾਂ ਦੇ ਜਿਹੜੇ ਯੂਜ਼ਰਸ ਨੇ 86 ਕਰੋੜ ਤੋਂ ਵੀ ਜ਼ਿਆਦਾ ਨੇ ਤਾਂ ਵੀਵਰਸ਼ਿਪ ਸੋਚ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁੰਦੀ ਹੋਵੇਗੀ ਤਾਂ ਇਹ YouTube ਚੈਨਲਸ ਤੇ ਜਿਹੜੇ ਸਿੱਧੇ ਤੌਰ ਤੇ ਕਾਰਵਾਈ ਕੀਤੀ ਗਿਆ ਅਤੇ ਜਿਹੜੇ ਲਿੰਕਸ ਨੇ ਜਿਹੜੇ URLs ਨੇ ਉਹ ਕਿੰਨੇ ਬਲੌਕ ਕੀਤੇ ਗਿਆ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆ 560 ਜਿਹੜੇ URL ਨੇ ਉਹ ਬਲੌਕ ਕਰ ਦਿੱਤੇ ਗਿਆ ਇਹ ਸਭ ਕੁਝ ਕਿਉਂ ਹੋਇਆ ਇਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਕਿ IT ਐਕਟ 2000 ਬਾਰੇ ਆਪ ਸਾਨੂੰ ਪਤਾ ਹੋਏਗਾ ਉਸ ਦੀ ਧਾਰਾ ਜਿਹੜੀ 69 Uh, 69 ਹੈ ਜਾਂ ਉਸ ਦੀ ਉਲੰਘਣਾ ਦੇ આરોਪ ਦੇ ਵਿੱਚ ਇਹ ਸਾਰੇ ਜਿਹੜੇ ਨੇ YouTube ਚੈਨਲਸ ਨੇ ਬੰਦ ਕਰ ਦਿੱਤੇ ਗਿਆ ਅਤੇ ਇਹ ਗੱਲ ਕਹੀ ਜਾ ਰਹੀ ਹੈ ਵੀ ਇਹ ਗਾਈਡਲਾਈਨਸ ਦੇ ਅਗੇਂਸਟ ਚੱਲ ਰਹੇ ਸਨ ਕੁਝ ਕੁ ਜੜੀਆਂ ਖਬਰਾਂ ਲਗਾ ਰਹੇ ਸਨ ਉਹ ਸਰਕਾਰ ਦੇ ਕਹਿ ਸਕਦੇ ਆ ਵੀ ਗੱਲ ਇਹ ਵੀ ਆ ਰਹੀ ਹੈ ਕਈ ਲੋਕ ਇਹ ਵੀ ਕਹਿ ਰਹੇ ਨੇ ਵੀ ਸਰਕਾਰ ਨੂੰ ਸ਼ਾਇਦ ਅੰਨਾਂ ਦੀਆਂ ਜੜੀਆਂ ਖਬਰਾਂ ਲਗਾਈਆਂ ਹੋਈਆਂ ਉਹ ਪਸੰਦ ਨਹੀਂ ਆਈਆਂ ਸਨ ਤਾਂ ਇਹ ਕਾਰਵਾਈ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਜੇ ਐਕਟ ਦੀ ਗੱਲ ਕਰਦੇ ਆ ਤਾਂ ਐਕਟ ਤੋਂ ਬਾਹਰ ਜਾ ਰਹੇ ਸਨ ਤਾਂ ਇਸ ਕਰਕੇ ਕਾਰਵਾਈ ਕੀਤੀ ਜਾਂਦੀ ਹ ਤਾਂ ਕਿਸ ਪ੍ਰਕਾਰ ਨਾਲ 78 ਚੈਨਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਇੱਕੋ ਵਾਰੀ ਤਾਂ ਹੁਣ ਇਸ ਦੀ ਜਿਹੜੀ ਜਾਣਕਾਰੀ ਸੂਚਨਾ ਪ੍ਰਸ਼ਾਸਨ ਮੰਤਰੀਆ ਉਹਨਾਂ ਨੇ ਜਿਹੜੀ ਅਸਤੇ ਬਾਰੇ ਪੂਰਨ ਤੌਰ ਤੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹ ਤਾਂ ਤੁਹਾਨੂੰ ਹੁਣ ਜਾਣਕਾਰੀ ਦੇ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਪਹਿਲਾਂ 16 YouTube ਚੈਨਲ ਨੇ ਜਿਹੜੇ ਬੰਦ ਕਰ ਦਿੱਤੇ ਜਾਂਦੇ ਆ ਜਿਸ ਦੇ ਵਿੱਚੋਂ 10 ਜਿਹੜੇ ਨੇ ਉਹ ਭਾਰਤ ਦੇ ਨੇ ਅਤੇ 6 ਜਿਹੜੇ ਨੇ YouTube ਚੈਨਲਸ ਜਿਹੜੇ ਸਨ ਉਹ ਪਾਕਿਸਤਾਨ ਦੇ ਸਨ ਅਤੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਕਿਹਾ ਜਾ ਰਿਹਾ ਸੀ ਇਲਜ਼ਾਮ ਲੱਗੇ ਸੀ ਵੀ ਭਾਰਤ ਦੀ ਸ਼ੋਭੀ ਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ ਇਹ ਚੈਨਲ ਤਾਂ ਉਸ ਤੋਂ ਬਾਅਦ ਜਿਹੜੀ 5 ਅਪ੍ਰੈਲ ਨੂੰ ਕਾਰਵਾਈ ਹੁੰਦੀ ਆ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆ 22 YouTube ਚੈਨਲਸ ਜਿਹੜੇ ਨੇ ਉਸ ਦੇ ਵਿੱਚ ਬੈਨ ਕੀਤੇ ਜਾਂਦੇ ਆ ਤਾਂ ਹੁਣ ਇਹਨਾਂ ਦੇ ਵਿਊਅਰਸ਼ਿਪ ਦੀ ਗੱਲ ਕਰੀਏ ਤਸੰਖਿਆ ਜਿਹੜੀ ਹੈ ਇੱਕ ਵਾਰੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਗੇ viewership ਇਹਨਾਂ ਦੀ ਮਿਲਾ ਕੇ ਦੇਖੀ ਜਾਵੇ ਤਾਂ ਜਿਹੜੀ 250 ਕਰੋੜ ਤੋਂ ਵੀ ਵੱਧ ਬਣਦੀ ਆ ਇੱਕ ਵਾਰੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਕੇ ਹੋਵਗੇ ਪਰ ਹੁਣ ਸਵਾਲ ਜ਼ਰੂਰ ਹੈ ਉੱਠਦੇ ਨੇ ਵੀ ਕੀ ਇਹ ਖਿਲਾਫ ਜਿਹੜੀਆਂ ਨੇ ਸਰਕਾਰ ਦੇ ਖਬਰਾਂ ਚਲਾਈਆਂ ਜਾ ਰਹੀਆਂ ਸਨ ਤਾਂ ਬੈਨ ਕੀਤੇ ਗਿਆ ਜਾਂ ਸੱਚਮੁੱਚ ਹੀ ਇਹ ਕਮਿਊਨਿਟੀ ਗਾਈਡਲਾਈਨਸ ਹੋ ਗਿਆ ਜਾਂ ਹੋਰ ਵੀ ਗਾਈਡਲਾਈਨਸ ਨੇ ਜਿਹੜੀਆਂ ਉਸ ਦੇ ਅਗੇਂਸਟ ਚਾਰੇ ਸਨ ਤਾ ਇਹਨਾਂ ਨੂੰ ਬੈਨ ਕੀਤਾ ਗਿਆ ਤਾਂ ਇੱਕ ਕਾਰਵਾਈ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਗਿਆ ਤਾਂ ਇਸ ਦੇ ਵਿੱਚ ਇਹ ਵੀ ਸਵਾਲ ਆਂਦਾ ਹੈ ਵੀ ਕਿਤੇ ਤੁਹਾਡਾ ਜਿਹੜਾ ਫੇਵਰੇਟ YouTube ਚੈਨਲ ਹੈ ਜਿਹੜਾ ਤੁਸੀਂ ਦੇਖਦੇ ਹੋਵੋਗੇ ਜਿਹੜੇ ਉਸ ਤੋਂ ਹੀ ਇਨਫੋਰਮੇਸ਼ਨ ਇਕੱਠੀ ਕਰਦੇ ਹੋਵੋਗੇ ਕਿਤੇ ਉਹ ਤਾਂ ਨਹੀਂ ਬੈਨ ਕਰ ਦਿੱਤਾ ਗਿਆ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਕਿਤੇ ਉਹ ਤਾਂ ਨਹੀਂ ਬੈਨ ਹੋ ਗਿਆ ਤਾਂ ਤੁਸੀਂ ਇਸ ਕਾਰਵਾਈ ਨੂੰ ਕਿਸ ਤਰੀਕੇ ਨਾਲ ਸਮਝਦੇ ਹੋ ਤਾਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਜੁੜ ਕੇ ਵੀ ਆਪਣੀ ਰਾਏ ਦੇ ਸਕਦੇ ਹੋ ਪਰ ਕਿਸ ਪ੍ਰਕਾਰ ਨਾਲ ਇਹ ਨਹੀਂ ਪਾਰੀ ਮਾਤਰਾ ਦੇ ਵਿੱਚ ਜਿਹੜੇ ਅਕਾਊਂਟਸ ਨੇ ਉਹ ਡਿਲੀਟ ਕਰ ਦਿੱਤੇ ਜਾਂਦੇ ਆ YouTube ਤੇ ਇਹ ਸਾਰੀ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਅਤੇ ਮੋਦੀ ਸਰਕਾਰ ਨੇ ਇਹ ਕਾਰਵਾਈ ਜਿਹੜੀ ਕੀਤੀ ਆ ਕਿਉਂਕਿ ਗੱਲ ਆਂਦੀ ਆ ਵੀ ਕਿਹਾ ਜਾ ਰਿਹਾ ਵੀ ਅਗੇਂਸਟ ਚੱਲ ਰਹੇ ਸਨ ਤਾਂ ਐਸ ਕਰਕੇ ਬੈਨ ਕਰ ਦਿੱਤੇ ਗਿਆ ਬੈਨ ਕੀਤੇ ਜਾਂਦੇ ਨੇ ਤਾਂ ਹੁਣ ਗੱਲ ਆਂਦੀ ਆ ਵੀ ਮੀਡੀਆ ਚੈਨਲਸ ਨੂੰ ਇਸ ਤਰੀਕੇ ਨਾਲ ਕਿਉਂ ਬੈਨ ਕੀਤਾ ਜਾਂਦਾ ਤਾਂ ਵੱਡੇ ਸਵਾਲ ਜਿਹੜੇ ਜ਼ਰੂਰ ਉੱਠਦੇ ਨੇ